ਹੁਣ ਤਾਂ ਕਿਆ ਕਰ ਸਕਦੇ ਇਹ ਇਹ ਵੀ ਆ ਜਾਂਦੀ ਕਦੇ ਚੱਲ ਜਾਂਦੀ ਇਹਦਾ ਵੀ ਮੂਡ ਉਹ ਤੀਰੀ ਕੈਮਰਾ ਮੈਂ ਸਾਫ਼ ਕਰਾਂ ਓਏ ਗਿਰ ਨਾ ਜਾਈ ਉਦੇ ਖੋਲ ਕੇ ਚਲੋ ਵਿਚਾਰਾ ਖੁੱਲਿਆ ਹੀ ਨੀ ਉਹ ਬੜੀ ਬੇਇੱਜ਼ਤੀ ਹੋ ਗਈ ਕੰਨੂ ਇਹ ਕੰਨੂ ਆਈ ਹੁਣ ਉਹ ਜਿਹੜੀ ਇਹ ਉਹ ਏਦਾਂ ਦੀ ਪਾ ਕੇ ਲਿਆਉਣ ਲੱਗੀ ਜਿਹੜੀ ਐਂ ਖੁੱਲ ਤੇਰੀ ਭਲਾ ਦੇ ਬਹਿ ਕੇ ਚਲੇ ਗਈ ਇਹ ਵੀ ਪੈ ਗਿਆ ਬਲੌਗ ਚ ਉਹ ਮੂੰਹ ਭਰਨ ਹੋਈ ਆ ਗਈ ਤੀ ਇਹਦਾ ਦੇਖਿਆ ਏਦਾਂ ਦੇ ਇੱਥੇ ਪੁੱਠੇ ਕੰਮ ਹੁੰਦੇ ਸਾਡੇ ਘਰਾਂ ਛੁੱਟੀ ਦੇ ਬਾਅਦ ਸਕੂਲ ਦੀ ਹੁਣ ਤੇ ਪੇ ਆਈ ਨੀ ਕਰਦੇ ਨੇ ਉਹ ਲੈ ਇਹਨਾਂ ਨੂੰ ਮਾਰ ਬਗਾ ਕੇ ਜੁੱਤੀਆਂ ਮੇਰੇ ਵੱਲ ਲਗਾ ਤੇ ਆ ਰਹੀ ਆ ਗੱਲ ਕਿਆ ਹੈ ਅੱਜ ਉਹ ਵੀ ਪੁੱਠੀ ਆ ਦੇਖੋ ਗਾਇਸ ਸਿੱਧੇ ਐਨ ਸਿੱਧੇ ਐਨ 90 ਡਿਗਰੀ ਦਾ ਐਂਗਲ ਸਿੱਧੇ ਪਾ ਇਹਨਾਂ ਨੂੰ ਹੱਥਾਂ ਚ ਛੱਕ ਕੇ ਭੱਜ ਗਈ ਮੈਂ ਕਿਹਾ ਬਈ ਚਾਰ ਵੱਜ ਗਏ ਨੇ 5 ਵਜੇ ਤੱਕ ਜਾਣਾ ਯਾਰ ਧੁੱਪ ਬਹੁਤ ਹੁੰਦੀ 5 ਵਜੇ ਤੱਕ ਨੂੰ ਉੱਪਰ ਜਾਣਾ ਸੀ ਮਾੜਾ ਜਿਹਾ ਕਟਿੰਗ ਜੀ ਕਰਵਾਉਣੀ ਨਾਲ ਥੋੜ੍ਹੇ ਜਿਹਾ ਚੀਜ਼ ਜੀ ਖਾਣੀ ਅਤੇ ਸਮਾਨ ਜਿਹਾ ਲੈ ਕੇ ਅਸੀਂ ਆ ਗਏ ਠੀਕ ਹੈ ਓਕੇ ਅਪਰੂਵਡ ਹੋ ਗਿਆ ਇਹ ਸਟੈਂਪ ਲੱਗ ਗਈ ਹੁਣ ਕਿਆ ਕਰੀਏ ਫਿਰ ਪਹਿਲੇ ਤੋਂ ਆਪਕੋ ਸਭਕੋ ਥੈਂਕ ਯੂ ਕਹਿਣਾ ਚਾਹਤਾ ਹੂੰ ਗਾਈਜ ਇਹ ਦੇਖੀਏ ਹਮਾਰੇ 203 ਸਬਸਕ੍ਰਾਈਬਰ ਹੋ ਗਏ ਬਸ ਜਲਦੀ 200-300 ਵੀ ਕਰਾ ਦਿਓ ਠੀਕ ਹੈ ਜੀ ਓਹੋ ਹੁਣ ਤੁਹਾਨੂੰ ਦੱਸਾਂ ਮੈਂ ਕੱਲ੍ਹ ਦੀ ਵੀਡੀਓ ਪਾਈ ਵੀ ਪਤਾ ਕਿੰਨੇ ਵਿਊ ਆਏ ਜੇ ਪਿਓ ਗਿਣ ਕੇ 37 ਵਿਊ ਆਏ ਵੇ 37 ਉਹ ਮਰ ਜਾ ਸਕਰੀਨ ਨੂੰ ਇਗਨੋਰ ਕਰਿਓ ਜ਼ਿਆਦਾ ਸਾਫ਼ ਫੋਨ ਹੈ ਸਾਡਾ ਆ ਕੋਨਿਆਂ 'ਤੇ ਵੀ ਦੇਖੋ ਆਹ ਦੇਖੋ ਗਾਈ 37 ਹੈ 37 ਵਿਊ ਨਾਲੇ ਇੱਕ ਕਮੈਂਟ ਕਿਹਨੇ ਕੀਤਾ ਕੋਈ ਨਾ ਜੀ ਇਹ ਵੀ ਜੋਤ ਸਿੰਘ ਜੋਤੂ ਹੈ ਸ਼ਾਇਦ ਹੈ ਬਈ ਮਿੱਤਰਾਂ ਮੈਂ ਕਿਹਾ ਪ੍ਰੋਗਰਾਮ ਜਿਹਾ ਬਣ ਚੁੱਕਿਆ ਹੈ ਚਾਬੀ ਕਿੱਥੇ ਇਹ ਚਾਬੀ ਗਵਾਚ ਜਾਂਦੀ ਹੈ ਲੋ ਲਾਈਟ 'ਚ ਬਹੁਤ ਵੀਡੀਓ ਫਟਦੀ ਇਸ ਫੋਨ 'ਚ ਚਲੋ ਬਾਈ ਚੱਲੀਏ ਹਾਂ ਲੈਟਸ ਗੋ ਓਹੋ ਚਲੋ ਜੀ ਉਹ ਤੇਰੀ ਭਲਾ ਜੀ ਚਲੋ ਬਾਈ ਮਿਲ ਲਿਆ ਤੁਹਾਨੂੰ ਆ ਜਾਂ ਪਰ ਪੁੱਜ ਗਿਆ ਪਹਿਲਾਂ ਲੈ ਵੇ ਮਿੱਤਰਾਂ ਮੈਂ ਆਹ ਪਹੁੰਚੋ ਕਿਤੇ ਦੁਕਾਨ 'ਤੇ ਅਤੇ ਥੋੜ੍ਹੇ ਜਿਹੇ ਕਸਟਮਰ ਆਏ ਵੇ ਅਤੇ ਟਾਈਮ ਹੋ ਗਿਆ 5:16 ਅਤੇ ਹੁਣ ਜਾਣਾ ਕਟਿੰਗ ਕਰਾਉਣ ਬੂਰਾ ਪਾਪਾ ਨੇ ਲਿਆਉਣਾ ਪੈਸੇ ਦੇ ਦੇਣੇ ਇਹਨਾਂ ਨੂੰ ਮਿਲ ਚੱਲਦੇ ਹਾਂ ਥੋੜ੍ਹੇ ਟਾਈਮ ਤੱਕ ਕਸਟਮਰ ਫਰੀ ਅਤੇ ਅੱਜ ਕਿਤੇ ਹੋਰ ਬੰਦੇ ਦਿਆ ਜੀ ਖਾਣ ਆਏ ਅਤੇ ਚਾਚੀ ਹੈ ਸਾਡੇ ਹੋਰ ਬੰਦਾ ਗਿਆ ਅਤੇ ਉਹਨਾਂ ਨੇ ਮਨਚੂਰੀਅਨ ਪੈਕ ਕਰਾਉਣਾ ਅਤੇ ਕਟਿੰਗ ਕਰਵਾ ਲਈ ਹੈ ਸੈੱਟ ਕਰਵਾ ਰਹੇ ਬਸ ਮਨਚੂਰੀਅਨ ਲੈ ਕੇ ਅਤੇ ਬੋਰੀ ਲੈ ਕੇ ਜਾਣੀ ਹੈ ਕਬੂਰੇ ਦੀ ਬਸ ਫਿਰ ਚੱਲ ਜਾਣਾ ਘਰਾਂ ਨੂੰ ਆਹ ਵੀ ਹੈਗਾ ਅੱਜ ਟਿਊਸ਼ਨ 'ਤੇ ਆਇਆ ਹੈ ਵੀ ਆਹ ਦੇਖੋ ਤਾਂ ਮੱਛਰ ਮਾਰ ਦੇਸੀ ਜੁਗਾੜ ਇਹ
ਇੱਧਰ ਰੱਖ ਕੇ ਅੰਦਰ ਨੂੰ ਵੀ ਚੱਲ ਜਾਂਦਾ ਮੱਛਰ ਮੱਛਰ ਦਾ ਨਾ ਉੱਥੇ ਨਹੀਂ ਰਹਿੰਦਾ ਇੱਥੇ ਫਿਰ ਅੱਜ ਕਾੜੀ ਚਾਬੀ ਖੋਲੋ ਚਾਬੀ 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 ਖੋਲੋ ਚਾਬੀ ਆ ਜਾਂਦਾ ਇੱਦਾਂ ਪੁਲਿਸ ਵਾਲਿਆਂ ਵਾਂਗ ਮੈਂ ਤੂੰ ਇਹ ਖਾਣ ਨੂੰ ਖੜੇ ਅੱਗੇ ਪਿਛਾ ਹੋ ਜਾਓ ਭਾਈ ਅਸੀਂ ਚਲੀਏ ਸਾਡੀ ਫਲੈਟ ਨਿਕਲ ਗਈ ਕਹਿੰਦੇ ਸੀ ਬੂਰੇ ਦੀ ਬੋਰੀ ਆਪੇ ਹੀ ਲੈ ਆਉਣੀ ਮੈਂ ਕਿਹਾ ਚਲੋ ਭਾਈ ਵਧੀਆ ਗੱਲ ਆ ਆਪੇ ਹੀ ਲੈ ਆਇਓ ਫਿਰ ਲੈ ਬਈ ਬਹਿ ਜਾ ਮੁੰਡਿਆ ਚਲੋ ਬਾਈ ਮਿਲ ਲਿਆ ਤੁਹਾਨੂੰ ਘਰ ਪੁੱਜ ਕੇ ਇਹ ਵੀ ਝੋਲਾ ਮੋਲਾ ਕਰਦਾ ਹੈਲੋ ਰਹਿਣ ਦੇ ਵੀਰਾ ਮੈਂ ਚਲਾਉਣਾ ਫੋਨ ਕਰ ਦੀ ਘਰ ਪੁੱਜ ਗਿਆ ਔਨਲਾਈਨ ਹੋ ਜੂੰਗਾ ਜਦ ਔਨਲਾਈਨ ਹੋ ਜੂੰਗਾ ਫਿਰ ਕਰੀ ਫੋਨ ਹਾਂ ਗਾਈਸ ਪੱਕਾ ਠੀਕ ਹੈ ਓਕੇ ਬਾਏ ਮੈਚ ਲੱਗਣਾ ਅੱਜ ਮੈਚ ਚਲੋ ਅਸੀਂ ਵੀ ਚੱਲਦੇ ਹਾਂ ਮੈਂ ਤਾਂ ਘਰ ਜੇ ਪੁੱਜ ਚੁੱਕਿਆ ਚਲੋ ਬਾਈ ਅੰਦਰ ਖੜਾਈ ਅੰਦਰ 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 ਹੌਲੀ 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 ਲੈਟਸ ਗੋ ਗਾਈਸ ਕਿੰਨੀ ਛੋਟੀ ਜਿਹੀ ਗਲੀ ਹੈ ਸਾਡੇ ਘਰ ਮੁੜਦੇ ਉਹ ਖੋਲੀ ਸ਼ਾਨ ਗੇਟ ਹੈਲੋ ਚਲੋ ਸੋ ਗਾਈਸ ਵੀ ਆਰ ਐਟ ਹੋਮ ਪੁੱਜ ਚੁੱਕਿਆ ਘਰੇ ਤੇ ਬਾਲ ਬੂਲ ਕਟਾ ਲਿਆ ਹੁਣ ਨਹਾਉਣਾ ਹੈ ਹੈਨਾ ਤੇ 7:18 ਹੋ ਗਏ ਬਾਅਦ ਦੱਬੇ ਗਾਇਸ ਤੁੜਕਾ ਵੀ ਲੱਗ ਗਿਆ ਓਕੇ ਤੇ ਨਹਾਉਣਾ ਹੁਣ ਕਿਉਂਕਿ ਬਾਲ ਜੀ ਕਟਾਇਆ ਸੈੱਟ ਕਰਵਾਇਆ ਇਹ ਵੀ ਜ਼ਰੂਰੀ ਹੈ ਕੋਈ ਜਲਫਾਂ ਜੀ ਜ਼ਿਆਦਾ ਹੀ ਬੜੀਆਂ ਹੋ ਗਈਆਂ ਇਹਨੂੰ ਪਸੰਦ ਨਹੀਂ ਠੀਕ ਹੈ ਤੇ ਮਤਲਬ ਅੱਜ ਦੇ ਵਲੌਗ ਵਾਸਤੇ ਇਹਨਾਂ ਕਿ ਆਪਣੀ ਚੀਜ਼ ਹੈ ਆਪ ਬਗਾਨੀ ਹੈ ਕੱਢਣੀ ਤਾਂ ਦੋਸ਼ ਹੈ ਬਾਬੇ ਚਲੋ ਜੀ ਓ ਚਲੋ ਜੀ ਮੰਮੇ ਏਦਾਂ ਹੀ ਆ ਵੀਰਾ ਯਾਰ ਉੱਥੇ ਬੰਦੇ ਹੀ ਬਹੁਤ ਤੇ ਹੋਰ ਘੰਟਾ ਤਾਂ ਮੈਂ 1 ਘੰਟਾ ਬੈਠਾ ਰਿਹਾ ਉੱਥੇ ਹਾਂ 1 ਘੰਟਾ ਮੈਂ ਉੱਥੇ ਬੈਠਾ ਰਿਹਾ ਸਾਰਾ ਮੇਰਾ 15 ਮਿੰਟ ਦਾ ਕੰਮ ਤਾਂ ਮੇਰੀ ਵਾਲ ਕੱਟਣਾ ਥੋੜ੍ਹੀ ਸੈੱਟ ਕਰਾਈ ਅਸੀਂ ਅਤੇ ਫਿਰ ਅਸੀਂ ਆ ਗਏ ਸ਼ਾਨ ਨੂੰ ਲਿਆ ਕੇ ਸਰ ਕਹਿੰਦੇ ਚਲੋ ਬਾਈ ਦੇ ਆਈਏ ਸਮਾਨ ਯਾਰ ਮਨਚੂਰੀਅਨ ਨਹੀਂ ਲਿਆ ਤਾ ਉਹ ਵੀਰਾ ਨਹੀਂ ਰਹੀ ਹੋ ਗਿਆ ਹਾਂ ਇੱਦਾਂ ਫਲੈਸ਼ ਬਾਲਦੀ ਫਿਰ ਮਨਚੂਰੀਅਨ ਨੇ ਫੜਾਇਆ ਹੀ ਇਹ ਮੈਂ ਕਹਿੰਦਾ ਚਾਚੀ ਹੈ ਨਹੀਂ ਚਲੋ ਦੇਖਦੇ ਹਾਂ ਲਕਸ਼ ਹੋਣਾ ਉਹਨੂੰ ਫੜਾ ਦੇਣਾ ਚੱਲ ਵੀਰਾ ਉਹ ਤਾਂ ਗਏ ਵੇ ਹੈਗੇ ਤੇ ਅਸੀਂ ਫਿਰ ਫੜਾ ਜਾਂਦੇ ਰੁਕ ਕੇ 5 ਮਿੰਟ ਕੋਈ ਨਾ ਹੁਣ ਫਿਰ ਕਿਆ ਕਰ ਸਕਦੇ ਬਾਅਦ 'ਚ ਆਉਂਦੇ ਹਾਂ ਥੋੜ੍ਹੀ ਟਾਈਮ ਤੱਕ ਚਲੋ ਲੈਟਸ ਗੋ ਪਹਿਲਾਂ ਨਾ ਇੱਥੋਂ ਹੀ ਕਰ ਲਈਏ ਫਿਰ ਵਲੌਗ ਐਂਡ ਕਰਦੇ ਹਾਂ ਚਲੋ ਚਲੋ ਲੈਟਸ ਗੋ ਲੈ ਲਓ ਜੀ ਨਹਾ ਲਓ ਕਹਿੰਦੇ ਪਾਣੀ ਨਹੀਂ ਆਉਂਦਾ ਨੋ ਬਾਈ ਪਾਣੀ ਹੀ ਨਹੀਂ ਆ ਰਿਹਾ ਹੋ ਓ ਹੈਲੋ ਨਿਕਲਿਆ ਮੈਂ ਨਹਾਉਣਾ ਤਾ ਸਾਰੇ ਖਾਲੀ ਟੈਂਕੀ ਵੀ ਖਾਲੀ ਮੰਮੀ ਨੇ ਕੱਪੜੇ ਧੋਣੇ ਸਾਰਾ ਹੀ ਟੈਂਕੀ ਖਾਲੀ ਹੋਈ ਹੋਣੀ ਬੜਾ ਸੰਕਟ ਹੈ ਬੜਾ ਸੰਕਟ ਹਲ ਤਾਂ ਗਰਮੀਆਂ ਆਉਣੀਆਂ ਹੀ ਨਹੀਂ ਹੁਣੇ ਬੰਦ ਪਾਣੀ ਬੰਦ ਕਰਤਾ ਲੈ ਬਈ ਪਹਿਲਾਂ ਚਾਚੀ ਦਾ ਸਮਾਨ ਫੜਾ ਦੀਏ ਚਾਚੀ ਆਪ ਹੀ ਆ ਗਏ ਕਹਿੰਦੇ ਲਿਆ ਮੈਂ ਕਿਹਾ ਹਾਂਜੀ ਲਿਆਂਦੇ ਆਹ ਪੈਸੇ ਹੈ ਇੱਧਰ ਲਓ ਜੀ ਲੈ ਬਈ ਮਿੱਤਰੋ ਇੱਧਰ ਵੀ ਪਾਣੀ ਘੱਟ ਹੈ
हाँ मैं कहना बंद हो गया। हाँ चलो चलो देख दिया। अभी नाल वाइब्रेट हो गया मोटर दे चक्के नहीं करता बना दा मूड भी अले। चलो देखो भाई लेट हो गया दोपहर का नहीं आया सवेर का नहीं आया सवेर के बाद सवेर के बाद नहीं आई टूटी। देखो गाइस हम दसो असी क्या करिए। अरे मित्रा पानी का तो सर गया चाचू ने तो लै लिता हूँ नहाने तो मिल जाए थोड़ा टाइम होर क्या गाइस नहा तो हो गया रेडी शेडी हो गया तो पौने आठ हो चुके ने ते आज ज़्यादा कुछ खास नहीं अभी पहले तो अभी भाई स्कूल तो आए खाना खुना खादा कपड़े पाए तो नूरपुर निकल गए 5 बजे तो जाके असी पहला कटिंग करवाई उसके बाद कटिंग नू ज़्यादा टाइम लग गया मेन तो घंटा डेढ़ घंटा कटिंग कराने वास्ते लग गया क्योंकि रश बहुत सी तो उसके बाद फिर असी गए ईशान लिया ट्यूशन चो ट्यूशन से लिया गया पिक किया यार ट्यूशन तो पिक किया क्या बोलना मैं भी उसके बाद फिर दादू होना को गए 2 मिनट उन्होंने को खड़े बी असं चले घर दस के फिर असं पापा होना को आए उन्होंने बूरे की बोरी पहले मैं लेके आनी थी तो हूँ पापा चाचू सिट गए सॉरी सॉरी चाचू सिट गए तो मैं ईशान लैके आ गया थे तो बस ऐसे साडा दिन खत्म हो गया। जे व्लॉग पसंद आया हो तो लाइक शेयर तो कमेंट जरूर करना तो सब्सक्राइब भी करना नवे नवे कैंड जो व्लॉग देखने वास्ते। टिल दैन बी सेफ एंड राइड सेफ। ओके गाइस मिलते हैं नवे व्लॉग के कल बाय।